ਆ ਦੇਖੋ 400 ਟਾਇਰਾਂ ਵਾਲਾ ਟਰੱਕ ਜੋ ਲੋਕਾਂ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਕਰੀਬ 2000 ਘੋੜਿਆਂ ਜਿੰਨੀ ਤਾਕਤ ਹੈ ਇਸ ਦੇ ਇੰਜਨ ਦੇ ਵਿੱਚ ਦੱਸਦੇ ਕਿ ਪਿਛਲੀ ਦੀਵਾਲੀ ਤੋਂ ਇਸ ਦਾ ਸਫ਼ਰ ਤੈਅ ਹੋਇਆ ਸੀ 1350 ਕਿਲੋਮੀਟਰ ਤੱਕ ਇਸ ਨੇ ਸਫ਼ਰ ਤੈਅ ਕਰ ਲਿਆ ਹੁਣ 1.5 ਮਹੀਨੇ ਤੱਕ ਆਪਣੀ ਮੰਜ਼ਿਲ ਤੇ ਪਹੁੰਚ ਜਾਵੇਗਾ ਟਰੱਕ ਨੂੰ ਲਗਾਉਣ ਦੇ ਲਈ ਦੱਸਦੇ ਕਿ 1500 ਟਨ ਸਮਰੱਥਾ ਭਾਰ ਵਾਲਾ ਅਸਥਾਈ ਪੁਲ ਬਣਾਇਆ ਗਿਆ 2023 ਦੇ ਵਿੱਚ ਇਹ ਕਾਂਡਲਾ ਬੰਦਰਗਾਹ ਤੋਂ ਬੋਇਲਰ ਦਾ ਹਿੱਸਾ ਲੈ ਕੇ ਚੱਲੇ ਸੀ ਇਹ ਪਾਣੀਪਤ ਰਿਫਾਈਨਰੀ ਤੇ ਪੁੱਜੇਗਾ ਗੁਜਰਾਤ ਦੇ ਸੂਰਤ ਵਿੱਚ ਇਹ ਬੋਇਲਰ ਤਿਆਰ ਕੀਤੇ ਗਏ ਸੀ 15-20 ਕਿਲੋਮੀਟਰ ਤੱਕ ਦਾ ਸਾਫ਼ ਰਸਤਾ ਜਿਹੜਾ ਉਹ ਕੀਤਾ ਜਾਂਦਾ ਜਦੋਂ ਇਸ ਨੇ ਲੰਘਣਾ ਹੁੰਦਾ ਇਸ ਟਰੱਕ ਦੇ ਨਾਲ ਸਪੈਸ਼ਲ ਟੀਮ ਕੰਮ ਕਰਦੀ ਹੈ ਜੋ ਸਮੇਂ ਸਮੇਂ ਤੇ ਇਸ ਦੀ ਦੇਖਭਾਲ ਵੀ ਕਰਦੀ ਹੈ ਦੱਸਦੀ ਹੈ ਕਿ ਕੁੱਲ 400 ਟਾਇਰ ਨੇ ਖਾਸ ਟੀਮ ਆ ਜਿਹੜੀ ਉਹ ਇਸ ਦੇ ਨਾਲ ਮੌਜੂਦ ਰਹਿੰਦੀ ਹੈ ਲੰਮਾ ਸਫ਼ਰ ਤੈਅ ਕਰਕੇ ਇਸ ਨੇ ਪਾਣੀਪਤ ਦੀ ਰਿਫਾਈਨਰੀ ਦੇ ਵਿੱਚ ਪਹੁੰਚਣਾ ਹੈ 1 ਸਾਲ ਇਸ ਨੂੰ ਸਫ਼ਰ ਸ਼ੁਰੂ ਕੀਤਿਆਂ ਨੂੰ ਹੋ ਗਿਆ ਜਿੱਥੇ ਕੋਈ ਪੁਲ ਹੁੰਦਾ ਇਸ ਦੇ ਵਾਸਤੇ ਸਪੈਸ਼ਲ ਪੁਲ ਨੇ ਜਿਹੜੇ ਅਸਥਾਈ ਤੌਰ 'ਤੇ ਬਣਾਏ ਜਾਂਦੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ ਇਸ ਨੂੰ ਆਪਰੇਟ ਕਰਨ ਵਾਲੇ ਓਪਰੇਟਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ वजन की अगर बात करें तो ये 1500 टन तक का वजन ले सकता है एक बारी में और ये हमारे कंपनी ने इसको स्पेशली दूसरे फैक्ट्री से इसको फैब्रिकेट कराया है मॉड्यूल के रूप में इसका टोटल 12 मॉड्यूल है जैसा कि आप देख सकते हैं 6 इस तरफ और 6 इस तरफ यहाँ लाने के बाद फिर हम बड़ी क्रेन के मदद से इसको इरेक्शन का जो प्रोसेस है वो हम करते हैं तो इसका एक चीज़ बताइए कि इसको बनाने में कितना समय लगा अब ये यहाँ पे तो हमें थोड़ा ज़्यादा समय लग गया 10-15 दिन लग गया है लेकिन इसके पहले भी हमने 3-4 जगह हमने इसको बनाया है वहाँ हम 3-4 दिन में ही बना देते हैं जो कि कैनाल का थोड़ा वाटर फ्लो यहाँ नहीं रुका इसी कारण हमको यहाँ पे थोड़ा ज़्यादा दिन टाइम लग गया वरना 4 दिन इसके लिए बहुत है